ਉਹ ਸਾਰੀ ਦੁਨੀਆ ਦੇਖਦੀ ਹੈ ਚਾਚਾ ਜੀ ਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਖੁਸ਼ਵੰਤ ਨੂੰ ਗਿਰ ਕੇ ਸੱਟ ਲੱਗ ਗਈ ਪਰ ਅਮਰਤਾ ਦਾ ਘਰ ਚ ਜਮਾ ਵੀ ਧਿਆਨ ਨਹੀਂ ਹੈਗਾ ਉਹ ਰਹਿਣ ਦੇ ਉਹ ਚ ਵਿਚਾਰੀ ਦਾ ਕੀ ਕਸੂਰ ਹੈ ਮੈਂ ਸਕੂਟੀ ਸਿੱਖ ਰਿਹਾ ਸੀ ਉਹ ਤੋਂ ਗਿਰ ਗਿਆ ਸੱਟ ਲੱਗ ਗਈ ਉਹ ਤਾਂ ਉਸ ਵੇਲੇ ਵਿਚਾਰੀ ਘਰ ਦੇ ਵਿੱਚ ਵੀ ਨਹੀਂ ਸੀ ਉਹ ਚਾਚਾ ਜੀ ਤੁਹਾਡੇ ਏਡੀ ਵੱਡੀ ਸੱਟ ਲੱਗ ਗਈ ਭਾਬੀ ਜੀ ਘਰੇ ਹੀ ਨਹੀਂ ਸੀ ਹਾਂ ਹੋਣਾ ਕੋਈ ਟੀਵੀ ਵਾਲਾ ਕੰਮ ਮੈਨੂੰ ਗੱਲ ਦੱਸ ਇਹ ਤੂੰ ਸਾਰੀਆਂ ਗੱਲਾਂ ਕਰਕੇ ਕਹਿਣਾ ਕੀ ਚਾਹੁੰਦਾ ਹੈ ਉਹ ਨਾ ਨਾ ਚਾਚਾ ਜੀ ਮੈਂ ਕੁਛ ਨਹੀਂ ਕਹਿੰਦਾ ਇਹ ਤਾਂ ਲੋਕ ਕਹਿੰਦੇ ਨੇ ਪਿੰਡ ਚ ਤੇ ਤੁਹਾਨੂੰ ਤਾਂ ਪਤਾ ਨਾ ਪਿੰਡ ਚ ਐ ਫੈਲਦੀ ਹੈ ਗੱਲ ਦੋ ਮਿੰਟਾਂ ਚ ਚਾਚਾ ਜੀ ਵੈਸੇ ਪਿੰਡ ਚ ਲੋਕ ਇਹ ਵੀ ਕਹਿੰਦੇ ਨੇ ਕਿ ਖੁਸ਼ਵੰਤ ਆਪਣੀ ਨੂੰਹਾਂ ਤੋਂ ਕੰਮ ਕਰਵਾਉਂਦਾ ਉਹਦੇ ਕੋਈ ਮੁੰਡਾ ਨਹੀਂ ਹੈਗਾ ਨਾ ਘਰ ਚ ਪੈਸੇ ਟਕੇ ਦੀ ਦਿੱਕਤ ਰਹਿੰਦੀ ਹੋਣੀ ਕੀ ਬਕਵਾਸ ਹੈ ਉਹ ਨਾ ਨਾ ਚਾਚਾ ਜੀ ਮੈਂ ਕੁਛ ਨਹੀਂ ਕਹਿੰਦਾ ਕੋਈ ਤਾਂ ਪਿੰਡ ਚ ਲੋਕ ਕਹਿੰਦੇ ਨੇ ਮੈਂ ਤੁਹਾਡੇ ਦੋਨਾਂ ਨਾਲ ਕੋਈ ਸਖਤੀ ਨਹੀਂ ਕੀਤੀ ਇਹ ਮੇਰੀ ਗਲਤੀ ਹੈ ਪਰ ਸਮਾਜ ਦੇ ਵਿੱਚ ਜੋ ਰੀਤਾਂ ਬਣੀਆਂ ਹੋਈਆਂ ਨੇ ਸਾਨੂੰ ਉਹਨਾਂ ਨੂੰ ਮੰਨਣਾ ਹੀ ਪੈਣਾ ਮੈਂ ਉਹਨਾਂ ਰੀਤਾਂ ਦੇ ਖਿਲਾਫ ਜਾ ਕੇ ਸਮਾਜ ਦੇ ਵਿੱਚ ਬਗਾਵਤ ਨਹੀਂ ਕਰ ਸਕਦਾ ਇਹਨਾਂ ਰੀਤਾਂ ਦਾ ਮਤਲਬ ਹੈ ਆਦਮੀ ਬਾਹਰ ਕੰਮ ਕਰਨਗੇ ਜਨਾਨੀਆਂ ਘਰ ਨੂੰ ਸੰਭਾਲਣਗੀਆਂ ਅਸੀਂ ਸਾਰੇ ਇਸ ਰੀਤ ਨੂੰ ਮੰਨਾਂਗੇ ਤੇ ਅੱਜ ਤੋਂ ਬਾਅਦ ਤੇਰੀ ਕਿਸੇ ਦੀ ਵੀ ਮਨਮਾਨੀ ਨਹੀਂ ਚੱਲਣ ਦੇਣੀ ਮੈਂ ਪਰ ਬਾਊ ਜੀ ਮੈਂ ਕਹਿਤਾ ਨਾ ਮੈਂ ਕਿਸੇ ਦੀ ਕੋਈ ਗੱਲ ਨਹੀਂ ਸੁਣਾਂਗਾ ਸਮਝ ਨਹੀਂ ਪੈ ਰਿਹਾ ਤੈਨੂੰ ਮੇਰੀ ਕਹੀ ਹੋਈ ਗੱਲ ਸਾਰਿਆਂ ਨੂੰ ਸਮਝ ਆ ਗਈ ਕਿ ਨਹੀਂ ਨਿਕਿਤਾ ਜੀ ਨੂੰ ਦੱਸ ਦਿੰਦਾ ਕਿ ਉਹਨਾਂ ਦਾ ਕੰਮ ਹੋ ਗਿਆ ਹੁਣ ਮੰਮਾ ਕਦੇ ਸੈੱਟ ਤੇ ਨਹੀਂ ਆਉਣਗੇ ਮੈਮ ਆਫਟਰ ਆਲ ਆਪਣਾ ਪਲਾਨ ਕੰਮ ਕਰ ਰਿਹਾ ਹੈ ਮਤਲਬ ਤੁਸੀਂ ਆਹ ਦੇਖੋ ਮੈਨੂੰ ਹੁਣੀ ਸੋਹਮ ਦਾ ਮੈਸੇਜ ਆਇਆ ਉਹ ਕਹਿੰਦਾ ਉਹਨੇ ਕੁਛ ਇਹੋ ਜਿਹਾ ਕੀਤਾ ਕਿ ਹੁਣ ਉਹ ਅਮ੍ਰਿਤਾ ਮੈਮ ਨਾ ਕਦੇ ਵੀ ਦੁਬਾਰਾ ਸ਼ੂਟਿੰਗ ਤੇ ਨਹੀਂ ਆਈ ਓ ਪਲੀਜ਼ ਆ ਸੋਹਮ ਦੇ ਝੂਠੇ ਵਾਅਦੇ ਸੁਣ ਕੇ ਨਾ ਮੈਂ ਪਰੇਸ਼ਾਨ ਹੋ ਗਈ ਹਾਂ ਆਰ ਯੂ ਸ਼ੋਰ ਕਿ ਇਸ ਵਾਰ ਉਹ ਕੁਝ ਕਰ ਸਕੇਗਾ ਯੈਸ ਮੈਮ ਤੁਸੀਂ ਦੇਖੋ ਠੀਕ ਹੈ ਜੇ ਉਹ ਇੰਨਾ ਕੌਨਫੀਡੈਂਟ ਹੈ ਤਾਂ ਸਾਡੀ ਇੱਕ ਪ੍ਰੋਬਲਮ ਤਾਂ ਸੋਲਵ ਹੋ ਗਈ ਤੇ ਹੁਣ ਅਸੀਂ ਦੂਸਰੀ ਚੀਜ਼ ਤੇ ਕੰਮ ਕਰਦੇ ਹਾਂ ਅੰਮ੍ਰਿਤਾ ਦੀ ਰਿਪਲੇਸਮੈਂਟ ਲੱਭਣ ਦਾ ਤਾਂ ਕਿ ਵਿਕਰਾਂਤ ਖੁਦ ਵੀ ਅੰਮ੍ਰਿਤਾ ਨੂੰ ਵਾਪਸ ਨਾ ਲਿਆ ਸਕੇ ਪਾਓ ਜੀ ਕੀ ਮਤਲਬ ਨਹੀਂ ਮੰਨ ਸਕਦੀ ਪਾਓ ਜੀ ਮੈਂ ਇੰਨੇ ਸਾਲਾਂ ਤੋਂ ਤੁਹਾਡਾ ਕਿਹਾ ਕਦੀ ਨਹੀਂ ਮੋੜਿਆ ਪਰ ਮੈਂ ਇਹ ਗੱਲ ਨਹੀਂ ਮੰਨ ਸਕਦੀ
डायरेक्टर सर नवियां ऑप्शंस ते डिस्कस कर लेने हैं। निकिता जी मुझे नहीं लगता कि विक्रांत जी किसी और के साथ काम करना चाहते हैं। फिर भी आप एक बार उनसे पूछ लेते तो ज्यादा बेहतर नहीं होता? सर विक्रांत की चांदा है ओदे नाल हकीकत नहीं ना बदल जांदी। अमृता ऐशो छट चुकी है ओ भी अपनी मर्जी दे नाल। सो सानू नवियां ऑप्शंस डिस्कस कर लेनियां चाहीदियां ने। क्या हो विक्रांत जी सब ठीक है ना? सर मैं इन्हां नाल कोई जरूरी गल करनी है। तुसी प्लीज सानू थोड़ी देर लई कल्ले छड़ सकदे? क्यों होया विक्रांत तुसी बहुत गुस्से च लग रहे हो सब ठीक है? बाऊ जी मैं वैसे भी रिजाइन दे चुकी हूँ। मैं बस एक महीना होर काम करना है। बाऊ जी मेरा एक महीना काम करना बहुत जरूरी है। मैं कॉन्ट्रैक्ट साइन किया है। नाले बाऊ जी रही गल रमनीक दी ता जदों रमनीक नू व्याह के असी इस घर च लेके आए सी ता सानू सारिया नू ए गल पता सी कि रमनीक बाहर काम करती है। मैं उस दिन रमनीक नाल एक वादा किता सी कि इस व्याह दी ते इस घर दी जिम्मेवारियां रमनीक दे काम दे अग्गे नहीं आनगियां। बाऊ जी मैं तुहाडी ए गल नहीं मन सकती। मैं दो दो वादे किते है बाऊ जी। कॉन्ट्रैक्ट पूरा करना मेरा प्रोफेशनली वादा है। फिर रमनीक दी जॉब दा मेरा पर्सनल वादा है। पाऊ जी तुसी दसो मैं किद्दां तुहाडी गल मन्ना? ठीक है